ਮਠਾਈ ਦੁਕਾਨ ਤੇ ਬਾਹਰ ਹੀ ਲਊਗਾ, ਅੰਦਰ ਲਊਗਾ ਉਹ ਕਾਉਂਟਰ ਉਲਾਰ ਦੇ ਉੱਥੋਂ ਖੋਲ ਆਹ ਖੋਲ ਦੇ ਗਰਮ। ਲੋ ਜੀ ਹਸਕੀ ਵਾਲੇ ਸੂਟ ਆ ਚੁੱਕੇ ਆ, ਜਿਹੜਾ ਕਿ ਰੇਟ ਹੈਗਾ ਸੀ 1250 ਰੁਪਏ, ਮਗਰ ਹੁਣ ਲਿਮਿਟਡ ਸਟੋਕ ਆ ਇੱਕ ਅੱਧੇ ਦਿਨ ਦਾ ਹੀ, ਸਿਰਫ 500 ਰੁਪਏ ਦੇ ਵਿੱਚ ਜੀ, 1000 ਰੁਪਏ ਦੇ ਦੋ, 1000 ਰੁਪਏ ਦੇ ਦੋ ਪਿਓਰ ਬੂਲਨ ਦੇ ਵਿੱਚ ਜੀ, ਕੰਟਰਾਸਟ ਬੱਟੇ ਨਾਲ ਹਸਕੀ ਵਾਲਾ ਸੂਟ ਪਿਓਰ ਬੂਲਨ ਦੇ, ਪਿਓਰ ਪਸ਼ਮੀਨੇ ਦਾ ਸੂਟ ਜੀ, ਡਿਜ਼ਾਇਨਿੰਗ ਇੰਨੀ ਸੋਹਣੀ ਆ ਜਿੱਦਾਂ ਕਿ ਕਢਾਈ ਕੀਤੀ ਹੋਈ ਆ, ਮਗਰ ਹੈਗਾ ਪ੍ਰਿੰਟ ਵਾ ਜੀ, ਸਟੋਲ ਵੀ ਨਾਲ ਕਈਆਂ ਦੇ ਕੰਟਰਾਸਟ ਆ, ਕਈਆਂ ਦੇ ਨਾਲ ਸੇਮ ਟੂ ਸੇਮ ਆ। ਰੇਟ ਕੀ ਕੱਢਿਆ? ਸਿਰਫ ਅਤੇ ਸਿਰਫ 1000 ਰੁਪਏ ਦੇ ਦੋ, 500 ਰੁਪਏ ਦਾ ਸੂਟ ਜਿਹੜਾ ਕਿ ਰੇਟ ਹੈਗਾ 1000 ਤੇ 1200 ਰੁਪਇਆ। ਆਸ਼ੂਟੀ ਵਾਲੇ ਕਿੰਨੇ ਦਿੰਦੇ ਪਏ ਆ? 500 ਰੁਪਏ ਦੇ ਵਿੱਚ ਜੀ, ਤੇ ਕਸਟਮਰ ਵੀ ਕੋਈ ਚਾਰ ਚਾਰ ਪੰਜ ਪੰਜ ਵਾਰੀ ਰਿਪੀਟ ਲੈ ਕੇ ਜਾ ਚੁੱਕਾ, 10 ਲੈ ਕੇ ਜਾਂਦਾ, 10 ਫੇਰ ਲੈਣਾ ਜਾਂਦਾ, 20 ਲੈ ਕੇ ਜਾਂਦਾ, 20 ਫੇਰ ਲੈ ਕੇ ਜਾਂਦੇ, ਗਾਂ ਤੋਂ ਗਾਂ ਉਹਨਾਂ ਦੇ ਰਿਸ਼ਤੇਦਾਰ ਵੀ ਮੰਗਾਈ ਜਾਂਦੇ ਆ। ਹਸਕੀ ਵਾਲਾ ਸੂਟ ਸਿਰਫ ਤੇ ਸਿਰਫ ਆਸ਼ੂ ਦੀ ਹੱਟੀ ਤੇ 500 ਰੁਪਏ ਦੇ ਵਿੱਚ ਜੀ, ਓਨਲੀ 500। ਚਲੋ ਇਹ ਤਾਂ ਹੋ ਗਏ 500 ਦੇ ਵਿੱਚ, ਹੁਣ 500 ਚ ਕਢਾਈਆਂ ਵਾਲੇ ਦਿਓ, ਡਿਜ਼ਾਇਨਿੰਗ ਬੜੀ ਟੋਪ ਬੰਬ ਗਲਾਸ। ਉਸ ਤੋਂ ਬਾਅਦ ਪੂਈ ਪੂਈ ਵਾਲੇ ਕੱਪੜੇ ਵੀ ਬਹੁਤ, ਇਸ ਟਾਈਮ ਸਵੇਰ ਦਾ ਕਸਟਮਰ ਆਉਂਦੇ ਸਾਰੇ ਕਹਿ ਰਹੇ ਪੂਈ ਪੂਈ ਵਾਲੇ ਸੂਟ ਦੇ ਦਿਓ। ਨਵਜੋਤ ਜੀ ਥੈਂਕ ਯੂ ਜੀ, ਥੈਂਕ ਯੂ। ਪਿਓਰ ਕਰੇਵ ਦੇ ਉੱਪਰ ਕੱਲੀ ਥਰੈਡ ਦੀ ਕਢਾਈ ਕਰਾਉਣ ਚੱਲ ਜਿਓ, ਇਹਨੂੰ ਕਹਿੰਦੇ ਆ ਮਸ਼ੀਨੀ ਵਰਕ। ਦੁਪੱਟੇ ਦਾ ਲੰਬਾ ਲਾਓ, ਕੱਲੀ ਥਰੈਡ ਦੀ ਕਢਾਈ ਕਰਾਉਣ ਚੱਲ ਜਿਓ, 500 ਰੁਪਇਆ ਕਢਾਈ ਵਾਲੇ ਨੇ ਲੈ ਲੈਣਾ, ਤੇ ਕੱਪੜਾ ਵੱਖਰਾ, ਚੁੰਨੀ ਵੱਖਰੀ। ਰੇਟ ਕੀ ਆ? ਸਿਰਫ 500। ਸੋਨੂ ਜੀ ਨਾਇਸ, ਥੈਂਕ ਯੂ ਜੀ, ਥੈਂਕ ਯੂ। ਜਿਹੜਾ ਮਰਜ਼ੀ ਸੂਟ ਉਹ ਗਲੇ ਦਾ ਖੋਲੀ, ਆਹ ਗਲੇ ਦਾ 1295 ਵਾਲਾ
ਮਮਤਾ ਰਿੰਪਲ ਜੀ, ਰਿੰਪਲ ਰਾਮਪਾਲ, ਮਮਤਾ ਰਾਮਪਾਲ, ਰਾਜ ਸੁਮਨ। ਇਹਦੇ ਲਾਈਵ ਦਾ ਕਿੰਨੇ ਜਾਣੇ ਹੋਏ ਆ ਸ਼ੋਅ? ਇੱਕ ਜਾਣਾ ਵੀ ਨਹੀਂ ਹੁੰਦਾ ਪੇਪਰ। ਇਧਰ ਕੀ ਸ਼ੋਅ ਇੱਕ ਵੀ ਨਹੀਂ ਹੁੰਦਾ ਪਿਆ, ਜੀਰੋ। ਇਹ ਕੋਈ ਲਾਈ ਆ ਆਪਸ਼ਨ ਆ ਹੈਗੇ ਸਤਵੰਜਾ ਦੋ ਮਿੰਟ ਵੀ ਚੜ ਰਹੇ ਆ ਵਾ। ਆ ਲੋ ਜੀ, ਸਿਰਫ 500 ਰੁਪਏ ਵਿੱਚ ਜੀ ਇੱਕ ਮੋਰ ਆਇਆ, ਉਹ ਵੀ ਲਾ ਦੋ। ਮੋਰ ਆਇਆ ਅਸ਼ੁਪਾ ਜੀ, ਮਦਨ ਰੰਧਾਵਾ। ਇਹ ਤਾਂ ਗਾਹਕ ਦਾ ਬੰਡਲ ਬੰਦ ਪਿਆ, ਉਹ ਵੀ ਚੱਕ ਲਿਆ। ਮੈਨੂੰ ਆਹ ਬੰਡਲ ਬਣਾ ਲਿਆ ਲਿਆ। ਇਹ ਵੀ ਓਨਲੀ ਤੇ ਓਨਲੀ ਕੱਪੜਾ ਹੀ ਬਹੁਤ ਸੋਹਣਾ ਸੋਫਟ। ਕਲਰ ਬੜੇ ਸੋਹਣੇ ਆ, ਡਿਜ਼ਾਇਨ ਬੜਾ ਅਲਟੀਮੇਟ ਆ। 4850 ਰੁਪਿਆ ਡਿਜ਼ਾਇਨ ਚੱਕ ਕੇ ਬਣਾਇਆ 500 ਚ। ਗੁੱਡ 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 ਮਾਰਨਿੰਗ। ਹਾਲੇ ਗੁੱਡ ਮਾਰਨਿੰਗ ਨਹੀਂ ਹੈਗਾ, ਟਾਈਮ ਥੋੜਾ ਜਿਹਾ। ਦੀਪੂ, ਰੈਨੂ, ਨਵਜੋਤ, 1440 ਰੁਪਏ ਉਹਦਾ ਰੇਟ ਆ ਵਾਈਟ ਵਾਲੇ ਦਾ। ਤੇ ਆਹ ਵਾਲਾ ਜਿਹੜਾ ਮਰਜ਼ੀ ਆਰਟੀਕਲ ਲੈ ਲਓ, ਪਿਓਰ ਕਰੇਬ ਦੇ ਉੱਪਰ, ਨਾਲ ਹੈਂਡਵਰਕ ਵੀ ਆ, ਨਾਲ ਸਰੋਸਕੀ ਵੀ ਆ। ਰੇਟ ਓਨਲੀ ਓਨਲੀ 500 ਰੁਪਈਆ ਜੀ। ਇਹ ਰੇਂਜ ਸੈੱਟ ਕੀਤੀ ਆ ਆਸ਼ੂਟੀ ਵਾਲਿਆਂ ਨੇ ਕਿ ਦੇ ਲੈਨੂੰ ਨੋਗਿਆ ਵਾਸਤੇ। ਦੇਖੋ ਘੇਰਾ ਕਿੰਨਾ ਸੋਹਣਾ ਘੇਰਾ, ਤੇ ਪਲੱਸ ਪਿਓਰ ਦਾ ਦੁਪੱਟਾ, ਦੁਪੱਟੇ ਦੇ ਸੀਕੁਐਂਸ ਵਰਕ ਵੀ ਆ, ਪੇਂਟਿੰਗ ਵੀ ਆ। ਤੇ ਰੇਟ ਕੀ ਆ? ਗੁੱਡ 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 ਮਾਰਨਿੰਗ, ਗੁੱਡ 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 ਮਾਰਨਿੰਗ ਜੀ। ਚਮਚ ਚਮਾਉਂਦੇ ਸਲੂਫੇ, ਆ ਫਲਾਵਰ ਕੱਢੀ, ਫਾਇਰ ਹੈ ਵਿੱਕੀ ਭਾਜੀ। ਕਿਤੋਂ ਮਿਲਣੀ ਨੀ 500 ਦੇ ਵਿੱਚ, ਕਢਾਈ ਨੀ ਹੋਣੀ, ਕਢਾਈ ਨੀ ਕੱਢ ਕੇ ਦੇਣੀ ਕਿਸੇ ਨੇ 500 ਦੇ ਵਿੱਚ ਤੁਹਾਨੂੰ ਜੀ। ਇਹ ਆਸ਼ੂ ਦੀ ਹੱਟੀ ਆ, ਵਿੱਚੇ ਕੱਪੜਾ, ਵਿੱਚੇ ਹੀ ਕਢਾਈ ਤੇ ਵਿੱਚੇ ਚੁੰਨੀ, ਸਿਰਫ 500 ਰੁਪਏ ਚ ਜੀ। ਭਾਜੀ ਅਸੀਂ ਯੂਪੀ ਤੋਂ ਅੱਜ 3 ਵਜੇ ਤੁਹਾਡੀ ਸ਼ੋਪ ਤੇ ਕਾਕੀ ਆਪਣੇ ਰਘੂ ਜੀ ਲੋ ਆ ਗਿਆ ਮੋਰ। ਮੋਰ ਵੈਸੇ
ਇਹ ਆਨਲਾਈਨ ਵੇਖ ਚੁੱਕਾ ਕਸਟਮਰ ਦਾ ਕੱਢਿਆ ਆ, ਉਹਨਾਂ ਨੇ ਘਰੋਂ ਤੁਰੇ ਹੋਏ ਲੈਣ ਵਾਸਤੇ। ਅੱਛਾ ਕੀ ਮੈਂ ਕਾਹਨੂੰ ਚੱਕਿਆ ਸੂਟ, ਪੂਰਾ ਸੂਟ ਆਖੋ ਸਰਵੋਸਕੀ ਦੇ ਨਾਲ ਤੇ ਫਿਰ ਮੋਰ ਸੋ ਨਾਈਸ ਸੋ ਬਿਊਟੀਫੁਲ ਜਸਟ ਲਾਈਕ ਵਾਹ। 500 ਰੁਪਏ ਜਿਹੜਾ ਬਈ ਮੇਰਾ ਤਾਂ ਆਪਣੇ ਇੱਥੇ ਰੁਕ ਗਈ, ਬਰੇਕ ਲੱਗ ਗਈ। 500 ਦੇ ਵਿੱਚ ਕੀ ਕੱਢਣਾ ਕੀ ਪਾਉਣਾ, ਸਹੀ ਗੱਲ ਆ ਬਾਈ, ਕਢਾਈ ਵੀ ਆ ਕੱਪੜਾ ਵੀ ਆ ਬਾਈ, ਦੁਪੱਟਾ ਵੀ ਉੱਪਰੋਂ ਚਨਾਉਂਦਾ ਆ। ਇਹ ਪੁਰਾਕਾ ਜੀ ਇੱਥੇ ਮੈਂਸ਼ਨ ਨਹੀਂ ਹੋ ਰਿਹਾ ਕੋਈ ਬੰਦਾ, ਹਾਂਜੀ ਨਹੀਂ ਵੱਡੀਆਂ ਜੀ ਚੱਕ ਲੋ ਕੋਈ ਨੀ ਖਿੱਚ ਲੋ ਜੀ ਕਰ ਲੋ ਰੇ ਹਲੋ ਚੋਰੀ ਕਿਉਂ ਹੋ ਰਹੀ ਉੱਪਰ ਜ਼ੀਰੋ ਆ ਰਹੇ ਸਟਾਰ ਜ਼ੀਰੋ ਆ ਰਿਹਾ ਤੁਹਾਡਾ ਉਹ ਬੰਦੇ ਸ਼ੋ ਨਹੀਂ ਹੁੰਦੇ ਪਏ ਓਕੇ ਵੇਲੇ ਕੋਈ ਹੁੰਦਾ ਨੈਟ ਨੁੱਟ ਦੀ ਬਣਾਉਣ ਆ ਵੀ ਖੋਲੀਏ ਮੋਰ ਸਿਰਫ ਤੇ ਸਿਰਫ 500 ਰੁਪਏ ਦੇ ਵਿਚ ਜੀ 500 ਜਾਜੂ ਕਿਤੇ ਦੁਪੱਟਾ ਵਾਕਿਆ ਦੁਪੱਟਾ ਨੀ ਆਉਣਾ ਬਲੈਕ ਵੀ ਹੈਗਾ ਮਗਰ ਇਹ ਸੈਟ ਸੈਡ ਤੇ ਕਰਦੇ ਕੱਲ ਨੂੰ ਆਏ ਨਾ ਇਹ ਹੁੰਦਾ ਕਸਟਮਰ ਬੈਠਾ ਆ ਮੂਰ ਵਾਲਾ ਲੈ ਜਾਂਦਾ 500 ਅਖੋਲ ਆ 1290 ਵਾਲਾ ਡਿਜ਼ਾਈਨ ਇਹ ਵੀ 500 ਦੇ ਵਿਚ 2090 ਚ ਵੀ ਆਇਆ 1290 ਚ ਵੀ ਹੈਗਾ ਹੁਣ ਆ ਗਿਆ 499 ਰੁਪਏ ਦੇ ਵਿਚ ਜੀ ਰੰਗ ਵੀ ਬੇਸ਼ੁਮਾਰ 499 ਵੀ ਗਿਆ ਫਿਰ ਚੁੰਨੀ ਨੀ ਮਿਲਣੀ ਫਿਰ ਜੇ 200-300 ਦੀ ਲੈ ਕੇ ਆਇਆ ਫਿਰ ਕਢਾਈ ਦਾ 500 ਦਊਗਾ 500 ਕੱਪੜਾ 200 ਚੁੰਨੀ 700 500 ਚ ਕਢਾਈ ਕਿਸੇ ਕੱਢਣੀ ਨੀ ਸੂਟ ਤੇ ਚੁੰਨੀ ਦੇ ਇਹ ਭਾਜੀ ਆਸ਼ੂ ਦੀ ਹੱਟੀ ਆ ਇੱਥੇ ਕੁਛ ਵੀ ਹੁੰਦਾ ਰਹਿੰਦਾ ਸਾਨੂੰ ਉਹੀ ਬਾਹਰ ਦਾ ਨਾ ਗੱਤੇ ਬਸ ਗੱਤੇ ਪਏ ਆ ਸੋ ਬਿਊਟੀਫੁਲ ਤੁਸੀਂ ਮੇਰਾ ਜਲੂਦੇ ਗੱਡੇ ਆਇਆ ਮੈਂ ਦੇਖਿਆ ਇੱਕ ਲੈ 2 ਰੁਪਏ 7 ਰੁਪਏ ਬਚ ਗਏ ਹਾਂਜੀ 7 ਸੂਟ ਨੀ ਭਾਜੀ 2-2 ਸੂਟ ਹੁੰਦੇ ਇੱਕ ਫੱਟੀ ਦੇ 2-2 ਸੂਟ ਹੁੰਦੇ ਭਾਜੀ ਤੇ 14 ਸੂਟਾਂ ਦੇ ਵਿਚੋਂ 7 ਰੁਪਏ ਬਚੇ ਹਾਂਜੀ 14 ਸੂਟਾਂ ਚੋ 7 ਰੁਪਏ ਬਚ ਗਏ ਸਾਨੂੰ ਭਾਜੀ ਇਹ
ਸਾਹਮਣੇ ਸਾਹਮਣੇ ਯਾਰ ਸਾਹਮਣੇ ਲੱਗਾ ਟੈਨ ਮੈਂ ਆਪ ਲਾਇਆ ਮਹਿੰਗਾ ਹੋਣ ਕਿੱਦਾਂ ਹੈ 3300 ਨੀ ਮੈਂ ਲੁਧਿਆਣੇ ਤੋਂ ਆ ਲੁਧਿਆਣੇ ਵਿਚ ਵੀ ਏਦਾਂ ਦਾ 500 ਵਿਚ ਨਹੀਂ ਮਿਲਦਾ ਯੂ ਆਰ ਗ੍ਰੇਟ ਗੁਰੂ ਸੈਣੀ ਜੀ ਕਹਿੰਦੇ ਆ ਇਹ ਖਾਂਦੇ ਕੁਛ ਹੋਰ ਆ ਵੀਡੀਓ ਕੁਛ ਹੋਰ ਆ ਗੁਰੂ ਸੈਣੀ ਜੀ ਤੁਸੀਂ ਦੁਕਾਨ ਤੇ ਕਦੀ ਆ ਚੁੱਕੇ ਹੋ ਜਾਂ ਨਹੀਂ ਕਦੀ ਇਹ ਵੀ ਦੱਸੋ ਜਿਹੜਾ ਗੁਰੂ ਸੈਣੀ ਜੀ ਆਪਾਂ ਕਿੱਥੋਂ ਬੋਲਦੇ ਇਹ ਵੀ ਦੱਸੋ ਇਹਨਾਂ ਵਿੱਚੋਂ ਕਈ ਜਾਣੇ ਸਾਡੀ ਸ਼ੋਪ ਤੇ ਰੋਜ਼ ਵਿਜਿਟ ਕਰਦੇ ਆ ਰੋਜ਼ ਅੱਜ ਕੱਲ ਜੋ ਹੈਗਾ ਵੀਡੀਓ ਚ ਉਹੀ ਦਿਖਾਨੇ ਪਏ ਆ ਤੇ ਉਹੀ ਆਪਾਂ ਦੇਣਾ ਵਾ ਹੁਣ ਵੀਡੀਓ ਚ ਤੁਹਾਡੇ ਨੂੰ ਕੀ ਪਤਾ ਤੁਸੀਂ ਕੀ ਦੇਖਦੇ ਆ ਤੇ ਕੀ ਤੁਸੀਂ ਲੈਣ ਆਉਂਦੇ ਆ ਹੁਣ ਮੰਨ ਲਓ ਆ ਅੱਜ ਦੀ ਆਫਰ ਪਾਈ ਆ ਇਹ ਤੁਸੀਂ 8ਵੇਂ ਮਹੀਨੇ ਬਾਅਦ ਆ ਕੇ ਲੈਣ ਆ ਜੋ ਤੇ ਮਿਲਣੇ ਥੋੜੀ ਆ ਇਹਦੇ 1-2 ਦਿਨ ਦੀ ਸੇਲ ਹੁੰਦੀ ਆ ਜੀ ਰੋਜ਼ ਮਾਲ ਨਵਾਂ ਆਉਂਦਾ ਤੇ ਰੋਜ਼ ਵਿਕਦਾ ਆ 500 ਚ ਕੌਣ ਮੋਰ ਕੱਢ ਦੂਗਾ ਆਹੋ ਕੀ ਪਤਾ ਕੌਣ ਆ ਸੈਣੀ ਜੀ ਲੋ ਜੀ ਮਨਪ੍ਰੀਤ ਕੌਰ ਮੰਡੀਰ ਗਿੱਲ ਜੀ ਕਹਿੰਦੇ ਏਦਾਂ ਨਹੀਂ ਜੀ ਏਦਾਂ ਨਹੀਂ ਜੀ ਦਿਖਾਉਂਦੇ ਨੇ ਉਹੀ ਹੁੰਦਾ ਆ ਜੀ ਅਸੀਂ 4 ਸਾਲ ਤੋਂ ਜੁੜੇ ਆ ਥੈਂਕ ਯੂ ਸਾਨੂੰ ਵੈਸੇ ਕੁਛ ਕਹਿਣ ਦੀ ਲੋੜ ਹੈ ਨੀ ਕਸਟਮਰ ਨੇ ਆਪ ਹੀ ਆਪ ਹੀ ਗੱਲ ਕਰ ਬਿਲਕੁਲ ਮਜ਼ਾ ਆ ਗਿਆ ਮਨਪ੍ਰੀਤ ਜੀ ਕਹਿ ਰਹੇ ਅਸੀਂ ਸ਼ੋਪ ਤੇ ਵੀ ਨਹੀਂ ਗਏ ਆਨਲਾਈਨ ਹੀ ਲੈਣੇ ਆ ਫੇਰ ਵੀ ਸ਼ਿਕਾਇਤ ਨਹੀਂ ਕੋਈ ਵੀ ਕਹਿੰਦੇ ਆਨਲਾਈਨ ਲੈਣੇ ਆ ਸਾਨੂੰ ਕੋਈ ਸ਼ਿਕਾਇਤ ਨਹੀਂ ਹੈਗੀ ਵਿੱਚ ਉਹਦੇ ਮਨਪ੍ਰੀਤ ਜੀ ਕਹਿ ਰਹੇ ਕਿੱਥੇ 500 ਦਾ ਆਜੂਗਾ ਆ ਕੱਢੋ ਦੁਪੱਟਾ ਮਿਲ ਜੂ ਜਾਲ ਕਢਾਈ ਇਹੀ 47-48 ਸੌ ਰੁਪਏ ਦਾ ਡਿਜ਼ਾਇਨ ਆ ਮਗਰ 47-48 ਸੌ ਦਾ ਸੂਟ ਨਹੀਂ ਕਹਿ ਰਿਹਾ ਮੈਂ 47-48 ਸੌ ਰੁਪਏ ਦਾ ਡਿਜ਼ਾਇਨ ਨੂੰ ਚੱਕ ਕੇ 500 ਵਿੱਚ ਕੰਮ ਕੀਤਾ ਜੀ ਅਸੀਂ ਆ ਕਿੰਨੇ ਦਾ ਪਿਆ ਮੇਰੇ ਕੋਲ 1850 ਚ ਵੀ ਪਿਆ ਮਗਰ ਉਹਨਾਂ ਦੇ ਹੈਂਡਵਰਕ ਵੀ ਹੋਏ ਆ ਇਹ ਨੋਰਮਲ ਰੇਂਜ ਆ ਗਈ ਨੋਕੀਆ ਨੂੰ ਦੇਣ ਲੈਣ ਨੂੰ ਮਨ ਮਨੁੱਤਾਂ ਲਾਉਣ ਨੂੰ ਵਧੀਆ ਕੁਆਲਿਟੀਆਂ ਵਧੀਆ ਕਢਾਈਆਂ ਸਿਰਫ 500-500 ਦੇ ਵਿੱਚ ਜਿਹੜਾ ਹਸਕੀ ਵਾਲਾ ਸੂਟ ਆ ਉਹਦਾ ਪਤਾ ਨੀ ਕਿੰਨਾ ਕੁ ਵੇਚਤਾ ਕਿੰਨਾ ਕੁ ਵੇਚਣਾ ਪਰ ਗਰਮੀ ਚ ਵੀ ਵਿਕੀ ਜਾਣਾ ਹਸਕੀ ਵਾਲਾ ਸੂਟ ਦਾ ਭਾਈ ਦੇਖੋ ਤੁਹਾਡੇ ਜੇ ਸਾਰੇ ਭਾਜੀ ਨਹੀਂ ਨਹੀਂ ਚੰਡੀਗੜ੍ਹ ਤੇ
ਜੈਕਟਾਂ 700 ਰੁਪਏ ਦੀਆਂ।